जी का खालसा वाहिगुरु जी की फतेह। बाबा जी जिहड़े साडे कोल बैठे ने इह अपना नाम गुरदयाल सिंह सन ऑफ नत्थ सिंह दसदे आ जी ते इह रैकोर्ड तो दसदे आ आपदा एड्रेस ते पिंड रजवाड़ा भी दसदे आ पिछा इहनां दा ते इह बाबा जी पिछले चार पंज दिनां तों वीरा साडा बाबा बरगरां वाला मशहूर आ वीर साडा इह इत्थे बरगरां दा कम करदा मुंडा ਤੁਸੀਂ ਜਦੋਂ ਦੇਖ ਸਕਦੇ ਹੋ ਅਸੀਂ ਇਸ ਟਾਈਮ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਸਾਹਮਣੇ ਚੌਂਕ ਦੇ ਵਿੱਚ ਖੜੇ ਹਾਂ ਸਾਹਮਣੇ ਸਿੰਘ ਸਭਾ ਗੁਰਦੁਆਰਾ ਸਾਹਿਬ ਆ ਅਤੇ ਬਿਲਕੁਲ ਸਾਹਮਣੇ ਆ ਚਾਵਲਾ ਪ੍ਰੋਪਰਟੀ ਦਾ ਚੌਂਕ ਦੇ ਵਿੱਚ ਕੋਰਨਰ 'ਤੇ ਅਤੇ ਅਸੀਂ ਹਰ ਕੱਲ੍ਹ ਦਾ ਪਰਸੋਂ ਨਾਲ ਰਾਬਤਾ ਕਿਵੇਂ ਹੋਇਆ ਸੀਗਾ ਵੀਰ ਨਾਲ ਤੁਸੀਂ ਨੂੰ ਬਾਬਾ ਜੀ ਮਿਲ ਜੀਗੇ ਪਰਸੋਂ ਇਹਨਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਵੀ ਪਾਈ ਸੀ ਅਤੇ ਹੋਰ ਵੀ ਕਾਫੀ ਪੇਜਾਂ ਨੇ ਸ਼ੇਅਰ ਕੀਤੇ ਸੀਗੇ ਬਾਬਾ ਜੀ ਦੇ ਬਾਰੇ 'ਚ ਵੀ ਬਾਬਾ ਜੀ ਇੱਥੇ ਕਿੱਦਾਂ ਦੇ ਗੁਰਦਾਰ ਇਨਸਾਨ ਦੁਨੀਆਂ ਦੇ ਤੁਹਾਨੂੰ ਪਤਾ ਬੜੇ ਘੱਟ ਆ ਵੀਰ ਨੇ ਦੱਸਿਆ ਬਾਬਾ ਜੀ ਦੇ ਬਾਰੇ 'ਚ ਬਾਕੀ ਤੁਹਾਨੂੰ ਆਪ ਤੋਂ ਦੱਸਣਗੇ ਦੱਸੋ ਜੀ ਕਿਵੇਂ ਕੀ ਗੱਲ ਹੋਈ ਬਾਬਾ ਜੀ ਪਰਸੋਂ ਆਏ ਸੀਗੇ ਜੀ ਇਹਨਾਂ ਨੂੰ ਪਤਾ ਲੱਗਿਆ ਵੀ ਕਰੋ ਵੀ ਇਹ ਪਿੱਛੇ ਨੂੰ ਰਾਜੋਣਾ ਪਿੰਡ ਦੇ ਅਤੇ ਬੱਚਿਆਂ ਨੇ ਇਹਨਾਂ ਨੂੰ ਸੰਭਾਲਿਆ ਨੀਗਾ ਅਤੇ ਬਾਬਾ ਜੀ ਦੇ ਹੁਕਮ ਕੀਤਾ ਬਾਬਾ ਜੀ ਨੇ ਬਰਗਰ ਛੱਡਿਆ ਸਾਡੇ ਕੋਲੋਂ ਸੇਵਾ ਸਾਨੂੰ ਬਾਬਾ ਜੀ ਨੇ ਸਾਡੀ ਲਾਈ ਅਤੇ ਫਿਰ ਬਾਬਾ ਜੀ ਨੂੰ ਕਿਹਾ ਵੀ ਬਾਬਾ ਜੀ ਤੁਹਾਨੂੰ ਸੰਸਥਾ ਦੇ ਵਿੱਚ ਭੇਜ ਦਿੰਦੇ ਹਾਂ ਬਾਕੀ ਤੁਹਾਨੂੰ ਸੰਭਾਲ ਲੈਂਦੇ ਹਾਂ ਅਸੀਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਮੈਂ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੰਸਥਾ ਤੋਂ ਵੀ ਆਏ ਹਾਂ ਅਤੇ ਬਾਬਾ ਜੀ ਪਿਛਲੇ ਤਿੰਨ ਚਾਰ ਦਿਨਾਂ ਨੂੰ ਇਹ ਦੱਸਿਆ ਵੀ ਜਿੱਥੇ ਚਲੇ ਵੀ ਗਏ ਇਸੇ ਏਰੀਏ 'ਚ ਘੁੰਮਦੇ ਸੀਗੇ ਰਾਬਤਾ ਕਿਵੇਂ ਹੋਇਆ ਰਾਤ ਦੱਸਿਆ ਵੀ ਮੈਨੂੰ ਬਾਬਾ ਜੀ ਸਾਡੇ ਕੋਲ ਹੀ ਆ ਵੀ ਜੇ ਤੁਸੀਂ ਆ ਜਾਓ ਬਾਬਾ ਜੀ ਸੁਣਦੇ ਸੀ ਕੁਛ ਪ੍ਰਵਾਸੀ ਭਈਆਂ ਨੇ ਵੀ ਧੱਕਾ ਦਿੱਤਾ ਬਾਬਾ ਜੀ ਦੇ ਨਾਲ ਕੁਛ ਜਿੱਥੇ ਬਾਬਾ ਜੀ ਇੱਥੇ ਸੁਣਦੇ ਸੀਗੇ ਸਮਾਨ ਵੀ ਗੈਪ ਕੀਤਾ ਕੁਛ ਉਹਨਾਂ ਨੇ ਕੁਛ ਇਹਨਾਂ ਦਾ ਜਿਹੜਾ ਸਮਾਨ ਸੀ ਉਹ ਚੱਕ ਲਿਆ ਅਤੇ ਕੁਛ ਇਹਨਾਂ ਨੂੰ ਜਾਣੀ ਕਿ ਕਾਫੀ ਵੱਧ ਸੁਣ ਕੇ ਕੀਤੀ ਗੁਰਸਿੱਖ ਬਾਬਾ ਜੀ ਸਾਡੇ ਇਸ ਸਮਾਜ ਦੇ ਵਿੱਚ ਹੈ ਜਿਨ੍ਹਾਂ ਨੂੰ ਪਰਿਵਾਰ ਸਾਂਭ ਨਹੀਂ ਰਿਹਾ ਅਤੇ ਅੱਜ ਵੀ ਇਹਨਾਂ ਦੀ ਖੁਦਾਰੀ ਜਿੰਦਾ ਵਾ ਬਾਬਾ ਜੀ ਤਾਂ ਕੀ ਦੱਸਦੇ ਬਾਬਾ ਜੀ ਨੇ ਅੱਜ ਵੀ ਇਹ ਚੀਜ਼ ਉਹਨਾਂ ਨਾਲ ਵੀ ਇਹਨਾਂ ਦਾ ਇਸ ਗੱਲ ਪਿੱਛੇ ਬਾਬਾ ਜੀ ਦੱਸਦੇ ਰੌਲਾ ਪਿਆ ਵੀ ਇਹ ਮੰਗਦੇ ਨਹੀਂ ਹੈਗੇ ਕਿਸੇ ਤੋਂ ਮੰਗ ਕੇ ਨਹੀਂ ਲੈਂਦੇ ਵੀ ਅੱਜ ਤੱਕ ਇਹਨਾਂ ਨੇ ਕਿਸੇ ਮੂਹਰੇ ਹੱਥ ਨਹੀਂ ਅੱਡਿਆ ਹੈਗਾ ਅਤੇ ਅਸੀਂ ਬਾਬਾ ਗੁਰਦਿਆਲ ਸਿੰਘ ਜੀ ਬਾਰੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਵੀ ਕਰਨਾ ਚਾਹੁੰਦੇ ਹਾਂ ਵੀ ਜੇ ਕੋਈ ਵੀਰ ਭੈਣ ਇਹਨਾਂ ਨੂੰ ਪਛਾਣਦਾ ਇਹਨਾਂ ਦੇ ਬਾਰੇ ਕੋਈ ਜਾਣਕਾਰੀ ਰੱਖਦਾ ਉਹ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਸਾਡਾ ਨੰਬਰ 97800 ਨੰਬਰ ਆ ਜੀ ਅਤੇ ਬਾਬਾ ਜੀ ਨੂੰ ਅਸੀਂ ਆਪਣੇ ਨਾਲ ਸੰਸਥਾ ਦੇ ਉੱਤੇ ਲੈ ਕੇ ਜਾ ਰਹੇ ਹਾਂ ਸੱਚੇ ਪਾਤਸ਼ਾਹ ਜੀ ਦੇ ਨਾਲ ਦੀ ਪੂਰੀ ਤਨ ਦੇਣਗੇ ਇਹਨਾਂ ਦੀ ਸੇਵਾ ਕਰਾਂਗੇ ਇਹਨਾਂ ਦਾ ਜੋ ਇਲਾਜ ਬਣਦਾ ਇਲਾਜ ਉਹ ਵੀ ਕਰਵਾਇਆ ਜਾਵੇਗਾ ਅਤੇ ਬਾਬਾ ਜੀ ਜਿਹੜੇ ਕਿ ਇੱਦਾਂ ਦੇ ਬੰਦੇ ਬਾਬਾ ਜੀ ਵਰਗੇ ਪਤਾ ਨਹੀਂ ਕਿੰਨੇ ਆਪਣੇ ਸ਼ਹਿਰਾਂ ਦੇ ਵਿੱਚ ਘੁੰਮਦੇ ਆ ਜਿਹੜੇ ਪਰਿਵਾਰਾਂ ਤੋਂ ਸਤਾਏ ਹੋਏ ਆ ਜਾਂ ਦਿਮਾਗੀ ਹਾਲਤ ਸੀ ਨਾ ਹੋਣ ਕਰਕੇ ਉਹਨਾਂ ਨੂੰ ਪਤਾ ਹੀ ਨਹੀਂ ਅਸੀਂ ਕੌਣ ਆ ਕਿੱਥੋਂ ਆਏ ਹੋਏ ਆ ਅਤੇ ਆਪਣਾ ਇਹ ਹੱਕ ਬਣਦਾ ਸਾਰੀਆਂ ਤੌਰ 'ਤੇ ਇੱਦਾਂ ਦੇ ਬੰਦਿਆਂ ਨੂੰ ਵੀ ਹੈਲਪ ਕਰਨੀ ਜਿਵੇਂ ਵੀਰ ਨੇ ਮਰਗਣ ਵਾਲੇ ਬਾਬੇ ਨੇ ਵੀਰ ਨੂੰ ਬੰਦੇ ਨੇ ਕੀਤੀ ਆ ਹੈਲਪ ਜਿਵੇਂ ਸਾਡੇ ਤੱਕ ਰਿਪੋਰਟ ਕੀਤੀ ਸਾਨੂੰ ਪਤਾ ਲੱਗਿਆ ਨਹੀਂ ਤਾਂ ਬਹੁਤ ਬੰਦੇ ਇੱਦਾਂ ਦੇ ਫਿਰਦੇ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ ਵੀ ਉਹ ਕੌਣ ਆ ਕਿੱਥੋਂ ਆਏ ਆ ਅਤੇ ਨਾ ਹੀ ਉਹਨਾਂ ਨੂੰ ਕੋਈ ਪੁੱਛਦਾ ਉਹ ਜਦ ਤੱਕ ਇੰਨੀ ਮਾੜੀ ਹਾਲਤ ਦੇ ਵਿੱਚ ਪਹੁੰਚ ਜਾਂਦੇ ਆ ਵੀ ਲੋਕ ਉਹਨਾਂ ਨੂੰ ਪਛਾਣਨਾ ਹੀ ਬੰਦ ਕਰ ਦਿੰਦੇ ਆ ਉਹਨਾਂ ਦੀ ਸ਼ਕਲਾਂ ਹੀ ਬੇਪਛਾਣ ਹੋ ਜਾਂਦੀਆਂ ਕਿਉਂਕਿ ਸਾਲ ਸਾਲ ਦੋ ਦੋ ਸਾਲ ਬੰਦਾ ਇੱਦਾਂ ਹੀ ਮਾੜੇ ਹਾਲਾਤਾਂ ਦੇ ਵਿੱਚ ਸੜਕਾਂ ਦੇ ਉੱਤੇ ਫਿਰਦਾ ਰਹਿੰਦਾ ਨਾ ਨਹਾਉਣਾ ਨਾ ਧੋਣਾ ਖਾਣ ਦਾ ਨਹੀਂ ਪਹਿਨਣ ਦਾ ਨਹੀਂ ਪਤਾ ਤਾਂ ਬੰਦੇ ਦੇ ਤੁਸੀਂ ਸੋਚ ਸਕਦੇ ਹੋ ਹਾਲਾਤ ਕਿੱਦਾਂ ਦੇ ਹੋ ਜਾਂਦੇ ਆ ਅਤੇ ਆ ਬਾਬਾ ਜੀ ਹੁਣ ਪਿਛਲੇ ਪਤਾ ਨਹੀਂ ਕਿੰਨੇ ਸਮੇਂ ਤੋਂ ਘਰੋਂ ਨਿਕਲੇ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦੇ ਹੱਥਾਂ ਦਾ ਨੋਹ ਦੇਖੋ ਕਿਤੇ ਕਿਤੇ ਨੋਹ ਵਧੇ ਹੋਏ ਆ ਕਿਵੇਂ ਬਾਬਾ ਜੀ ਦੇ ਕੱਪੜਿਆਂ ਦਾ ਹਾਲ ਯਾਨੀ ਕਿ ਗੱਲ ਕੀ ਆ ਵੀ ਸੱਚੇ ਪਾਤਸ਼ਾਹ ਮਿਹਰ ਕਰਨ ਬਾਬਾ ਜੀ ਨੂੰ ਸਮੱਤ ਬਖਸ਼ਣ ਬਾਬਾ ਜੀ ਦੇ ਪਰਿਵਾਰ ਨੂੰ ਸਮੱਤ ਬਖਸ਼ਣ ਬਾਬਾ ਜੀ ਨੂੰ ਸੰਭਾਲਣ ਦੀ ਹੋਰ ਸੰਭਾਲ ਦੇ ਕਰ ਕਿਉਂਕਿ ਪਰਿਵਾਰ ਹੀ ਪਰਿਵਾਰ ਦੇ ਕੰਮ ਉਹਦਾ ਬੱਚਾ ਮਾਂ ਪਿਓ ਨੂੰ ਛੱਡ ਕੇ ਬੱਚੇ ਕਿੱਥੇ ਜਾਣਗੇ ਬੜਾ ਮਾੜਾ ਸਮਾਂ ਚੱਲ ਰਿਹਾ ਆਪਣਾ ਦੁੱਖ ਦਾ ਹੀ ਸਮਾਂ ਆਏ ਬਾਬਾ ਜੀ ਕਿੰਨਾ ਚੱਲ ਰਿਹਾ ਵੀ ਇੱਦਾਂ ਕਿਸੇ ਨਾਲ ਤਾਂ ਰੱਬ ਕਰੇ ਦੁਸ਼ਮਣ ਨਾਲ ਤਾਂ ਕਦੇ ਕਦੇ ਜਿਹੜੀ ਗੱਲ ਇੱਦਾਂ ਦੀਆਂ ਹਾਲਾਤਾਂ ਦੇ ਵਿੱਚ ਸਾਡੇ ਕੋਲ ਬੰਦੇ ਆਉਂਦੇ ਤੁਸੀਂ ਦੇਖਦੇ ਰਹਿੰਦੇ ਹੋ ਕਿੰਨੇ ਮਾੜੇ ਹਾਲਾਤਾਂ ਦੇ ਵਿੱਚ ਸਾਡੀ ਬੰਦਿਆਂ ਨੂੰ ਲੈ ਕੇ ਆਉਂਦੇ ਹਾਂ ਜਾਂ ਸਾਡੇ ਕੋਲ ਮਹਾਰਾਜ ਕਿਰਪਾ ਕਰਦੇ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਨੇ ਵੀ ਸਾਨੂੰ ਇਹੀ ਹੁਕਮ ਕੀਤਾ ਹੋਇਆ ਵੀ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਉਹੀ ਇਹਨਾਂ ਨੂੰ ਠੀਕ ਕਰਦੇ ਆ ਸਭ ਠੀਕ ਹੋ ਕੇ ਬੰਦੇ ਹੁਣ ਤੱਕ 33 ਬੰਦੇ ਗੁਰਦੁਆਰਾ ਦੇ ਵਿੱਚ ਜਾ ਚੁੱਕੇ ਆ 42-47 ਦੇ ਕਰੀਬ ਬੰਦੇ ਸਾਡੇ ਕੋਲ ਰਹਿੰਦੇ ਆ ਇਸ ਟਾਈਮ ਗੁਰੂ ਮਹਾਰਾਜ ਕਿਰਪਾ ਕਰਦੇ ਸਾਡੀ ਸੇਵਾ ਕਰਦੀ ਰਹੇ ਅਤੇ ਸੱਚੇ ਪਾਤਸ਼ਾਹ ਮਿਹਰ ਕਰਨ
ਬਾਬਾ ਜੀ ਆਪਣੇ ਪਰਿਵਾਰ ਦੇ ਵਿੱਚ ਹੋਣ ਹੋਏ ਬਾਬਾ ਜੀ ਨੂੰ ਸ਼ਾਮ ਦਾ ਉਹ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨ ਬਾਬਾ ਜੀ ਆਪਣਾ ਐਡਰੈਸ ਵੀ ਪ੍ਰੋਪਰ ਦੱਸ ਦੇ ਬਾਬਾ ਜੀ ਆਪਣੇ ਬੱਚਿਆਂ ਬਾਰੇ ਜਾਂ ਕਿਸੇ ਬਾਰੇ ਕੋਈ ਜਾਣਕਾਰੀ ਉਹ ਤੈਨੂੰ ਮੈਂ ਜਦੋਂ ਮੈਂ ਸਾਰੇ ਕੱਪੜੇ ਦੇਊਂਗਾ ਕਰਕੇ ਗੁਰੂ ਮਹਾਰਾਜ ਕਿਰਪਾ ਕਰਨ ਬਾਬਾ ਜੀ ਜਿਵੇਂ ਪਛਾਣਦਾ ਸਾਡੇ ਨਾਲ ਜ਼ਰੂਰ ਸੰਪਰਕ ਕਰਨ ਜੀ ਸਾਡਾ ਨੰਬਰ 97803 0073 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।